بسم اللہ الرحمن الرحیم السلام علیکم امید کرتی ہوں کہ اپ سب ٹھیک ہوں گے اور میں بھی بالکل ٹھیک ہوں میں نا سوچا کہ ویڈیو کیوں نہ بنا لی جائے اور میں نا پکھا جڑا سی نا میرا بہت خراب سی اور میں ان نا رگن کرنی ہیں پئی تے اور رگن کر کے میرے پڑولے بھی بہت خراب سن تے میں انہاں نوں بھی نا اس واسطے رگن کرنی کر لیا وے تے پکھا بھی میں پھر اکھیا کہ کیوں نہ کر لیا جاوے ਔਰ ਤੁਸੀਂ ਦੱਸਿਓ ਕਿ ਮੈਂ ਸਹੀ ਕੀਤੇ ਨੇ ਜਾਂ ਨਹੀਂ ਕੀਤੇ ਐ ਕਮੈਂਟਸ ਵਿੱਚ ਜ਼ਰੂਰ ਦੱਸਿਓ ਸਾਨੂੰ ਹਾਂ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਹਾਂਜੀ ਆ ਮੇਰਾ ਨਿੱਕਾ ਬੜਾ ਲਾਇ ਇਹਦੇ ਵਿੱਚ ਮੈਂ ਚਾਵਲ ਪਾਣੀ ਸਾ ਤੇ ਉਹ ਵੱਡਾ ਸੀ ਉਹਦੇ ਵਿੱਚ ਮੈਂ ਕਨਕ ਪਾਣੀ ਆ ਤੇ ਬਿਲਕੁਲ ਵੇਖੋ ਹਾਂ ਸਹੀ ਹੋਏ ਰਹੀਆਂ ਨਹੀਂ ਹੋਏ ਐਨਾ ਧੁੱਪ ਸੀ ਨਾ ਦੁਪਹਿਰ ਸੀ ਤਾਂ ਅਸੀਂ ਫਿਰ ਜਿڑا ਇਹਨਾਂ ਧੁੱਪੇ ਦੇਖੀ ਆਂਦੇ ਹਾਂ ਭਈ ਸਾਹ ਘਰ ਕੇ ਨਾ ਹਾਂਜੀ ਤੇ ਧੁੱਪੇ ਰੱਖਦੇ ਹਾਂ ਫਿਰ ਤੇ ਐ ਵੇਖੋ ਨਾ ਅੰਮੀ ਮੇਰੇ ਆਉਂਦੇ ਨੇ ਅੰਦਰ ਆ ਕੇ ਫਿਰ ਪੱਖਾ ਫੜਨਾ ਹੈ ਫੜਾਵਾਟੇ ਨਾ ਹਾਂ ਮੇਰੇ ਐ ਵੇਖ ਮੈਂ ਕਹਿੰਨਾ ਪੱਖਾ ਫੜਨਾ ਹਾਂਜੀ ਤੇ ਹੋਰ ਮੈਂ ਫੜ ਕੇ ਤਾਂ ਸੌਣ ਛੱਡਦੀ ਬਾਹਰ ਹਾਂਜੀ ਕੰਬਲ ਵੀ ਮੇਰੇ ਬਹੁਤ ਗੰਦੇ ਸਨ ਤੇ ਮੈਂ ਕਿਹਾ ਕਿ ਕਿਉਂ ਨਾ ਇਹਨਾਂ ਤੋ ਦਿੱਤਾ ਜਾਵੇ ਤੇ ਫਿਰ ਕੱਲ ਪੀਟਰ ਚਲਿਆ ਸੀ ਤਾਂ ਸੋਚਿਆ ਫਿਰ ਕਿ ਹੋੜੇ ਕੋਈ ਜ਼ਿਆਦਾ ਚਲੇ ਜ਼ਿਆਦਾ ਢੇਰ ਚੱਲ ਤੱਕ ਚੱਲੇਗਾ ਤਾਂ ਸੀ ਕਰ ਦਿੰਨੇ ਆ ਵੀ ਤੋ ਲੈ ਦੇ ਰਹੇ ਤੋ ਲੈਨੇ ਆ ਕੰਬਲ ਕੰਬਲ ਹਾਂਜੀ ਕੰਬਲ ਤਾਂ ਜੀ ਸਾਲ ਹੋ ਗਏ ਨੇ ਕੰਬਲਾਂ ਨੂੰ ਤੇ ਬਹੁਤ ਅੱ비 ਵੀ ਲੱਗਦੇ ਹੈ ਕਿ ਨਵੇਂ ਹੈ ਹਲੇ ਵੀ ਲੱਗਦੇ ਨੇ ਕਿ ਨਵੇਂ ਨੇ ਐਨ ਚਾਹੀਦਾ ਹੈ ਤਾਨੂੰ ਪੰਜਾਬੀ ਵੀ ਪੁੱਲ ਚਲੀਏ ਮਾਮਾ ਜੀ ਹਾਂਜੀ ਹੋਵੇ ਕਿ ਇਹ ਵਾਲੇ ਜਿਹੜਾ ਅੱਗੇ ਕੰਬਲ ਇਹ ਵਾਲਾ ਨਾ ਇਹ ਕੰਬਲ ਮੇਰਾ ਏ ਇਹ ਕੰਬਲ ਮੇਰਾ ਏ ਇਹਦੂ ਅਗਲਾ ਜਿਹੜਾ ਕੰਬਲ ਏ ਉਹ ਮੇਰੇ ਭਾਈ ਦਾ ਓਦੋਂ ਅਗਲਾ ਜਿਹੜਾ ਉਹ ਮੇਰੇ ਹਾਂਜੀ ਇਹਦੂ ਅਗਲਾ ਜਿਹੜਾ ਉਹ ਮੇਰੇ ਮਾਮਾ ਦਾ ਵੀ ਏ ਤੇ ਜਦੋਂ ਅਸੀਂ ਵਹੀ ਮਤਲਬ ਕਿ ਅੱਗੇ ਪਿੱਛੇ ਹੋਈਏ ਤੇ ਅਸੀਂ ਆਨੇ ਆ ਹਾ ਮੇਰਾ ਕੰਬਲ ਕਿੱਥੇ ਗਿਆ ਹੈ ਹਾ ਮੇਰਾ ਕੰਬਲ ਕਿੱਥੇ ਗਿਆ ਹੈ ਤੇ ਮੈਨੂੰ ਨਹੀਂ ਪਤਾ ਮੈਨੂੰ ਕੰਬਲ ਲਿਆ ਕੇ ਦੋ ਮੈਂ ਜੀ ਆਨੀ ਆ ਕਿਉਂਕਿ ਅਸੀਂ ਫਿਰ ਪੰਜਾਬੀ ਹੋਏ ਫਿਰ ਅਸੀਂ ਪੰਜਾਬੀ ਹੀ ਬੋਲਨੀ ਹੈ ਨਾ ਹਾਂ ਜੀ ਤੇ ਸਾਡੇ ਸਬਸਕ੍ਰਾਈਬ ਜ਼ਰੂਰ ਕਰਦੇ ਸਾਡੀ ਵੀਡੀਓ ਨੂੰ